ਅਕਾਲ ਜੀ ਸਾਰਿਆਂ ਨੂੰ, ਮੈਂ ਸਰਜੀ ਪੇਂਡੂ ਲਾਈਤੀਮਾਨ ਚੈਨਲ ਤੇ ਮੈਂ ਸਭ ਦਾ ਸਵਾਗਤ ਕਰਦੀ ਆ। ਉਮੀਦ ਕਰਦੀ ਆ ਸਾਰੇ ਵਧੀਆ ਠੀਕ ਠਾਕ ਹੋਣਗੇ, ਅਸੀਂ ਵੀ ਠੀਕ ਆ। ਤੇ ਲੋ ਜੀ, ਦੁਪਹਿਰ ਦਾ ਟਾਈਮ ਹੋ ਚੁੱਕਿਆ ਤੇ ਮੈਂ ਹੁਣ ਬਣਾਉਣ ਜਾ ਰਹੀ ਆ ਸਬਜ਼ੀ। ਸਬਜ਼ੀ ਬਣਾਉਣੀ ਹੈ ਜੀ। ਅਸੀਂ ਸਬਜ਼ੀ ਸੁਬਾ ਮਤਲਬ ਕਿ ਚਟਨੀ ਨਾਲ ਖਾ ਲਈ ਸੀ ਰੋਟੀ, ਤੇ ਹੁਣ ਬਣਾਉਣੀ ਆ ਸਬਜ਼ੀ ਸੋਇਆਬੀਨ ਦੀ ਬੜੀਆਂ, ਛੋਟੀਆਂ ਬੜੀਆਂ, ਤੇ ਨਾਲ ਵਿੱਚ ਪਾ ਲਾਂਗੇ ਉਹਦੇ ਆਪਾਂ ਪਕੌੜੇ, ਤੇ ਮਿਕਸ ਕਰਕੇ ਬਣਾਵਾਂਗੇ ਸਬਜ਼ੀ। ਤੇ ਚਲੋ ਜੀ, ਚੱਲਦੇ ਆ ਆਪਾਂ ਰਸੋਈ 'ਚ। ਤੇ ਬੱਚੇ ਗਏ ਹੋਏ ਨੇ ਸਕੂਲ, ਤੇ ਧੁੱਪ ਬਹੁਤ ਜ਼ਿਆਦਾ ਆ। ਉੱਪਰ ਜਿਹੜੀ ਚਾਦਰ ਪਾਈ ਹੋਈ ਸੀ ਹਰੀ ਜੀ, ਉਹ ਲਾ ਦਿੱਤੀ ਆਪਾਂ ਨੇ। ਚਲੋ ਜੀ, ਆ ਗਿਆ ਆਪਾਂ ਰਸੋਈ ਦੇ ਵਿੱਚ। ਸਭ ਤੋਂ ਪਹਿਲਾਂ ਚੀਰਦੇ ਆ ਆਪਾਂ ਲਸਣ, ਪਿਆਜ਼ ਤੇ ਟਮਾਟਰ ਵਗੈਰਾ, ਤੜਕਾ ਵਗੈਰਾ ਚੀਰਦੇ ਆ, ਤੇ ਫਿਰ ਬਣਾਵਾਂਗੇ ਆਪਾਂ ਸਬਜ਼ੀ। ਤੇ ਚਲੋ ਜੀ, ਪਹਿਲਾਂ ਮੈਂ ਸਬਜ਼ੀ ਦਾ ਮਤਲਬ ਕਿ ਸਾਰਾ ਸਮਾਨ ਰੈਡੀ ਕਰ ਲਾਂ, ਤੇ ਫਿਰ ਆਪਾਂ ਗੱਲ ਕਰਦੇ ਹਾਂ। ਤੇ ਲਓ ਜੀ, ਆਪਾਂ ਨੇ ਲਸਣ ਛਿੱਲ ਲਿਆ ਸੀ, ਇੱਕ ਗੱਠੀ ਲਸਣ ਛਿੱਲੀ ਆ। ਤੇ ਰੋਜ਼ ਸਬਜ਼ੀਆਂ ਤੋਂ ਜੀ ਰਿਹਾ ਪਿਆ, ਰੋਜ਼ ਸਬਜ਼ੀ ਦੱਸੋ ਕਾਹਦੀ ਧਰੀਏ, ਕੀ ਬਣਾਈਏ ਰੋਜ਼ ਸਬਜ਼ੀਆਂ। ਹੁਣ ਸਾਗ ਨੂੰ ਜੀ ਕਰਦਾ, ਸਾਗ ਮੁੱਲ ਦਾ ਵਧੀਆ ਨੀ ਲੱਗਦਾ ਹੈਗਾ। ਤੇ ਦੇਖਦੇ ਆ, ਸਰਦਾਰ ਜੀ ਨੂੰ ਕਹਿੰਦੇ ਆ, ਜੇ ਕਿਸੇ ਦੇ ਖੇਤ ਲਗਾਇਆ ਹੋਊਗਾ ਤਾਂ ਤੋੜ ਕੇ ਲਿਆ ਦੇਣਗੇ। ਇੱਕ ਚੀਰਨੀ ਸਾਗ ਦੀ ਮੁੱਕਦੀ ਨੀ ਹੈਗੀ। ਹੁਣ ਤਾਂ ਮੌਸਮ ਚ ਵੀ ਬਹੁਤ ਫਰਕ ਪਿਆ, ਪਹਿਲਾਂ ਨਾਲੋਂ ਮੌਸਮ ਥੋੜਾ ਜਿਹਾ ਠੰਡਾ ਹੋਣ ਲੱਗ ਗਿਆ, ਤੇ ਕੁਛ ਗਰਮੀ ਵੀ ਘੱਟ ਗਈ, ਪਰ ਧੁੱਪ ਤੇਜ਼ ਹੋਣੀ ਹੋ। ਦੁਪਹਿਰ ਦੇ ਵੇਲੇ ਧੁੱਪ ਬਹੁਤ ਜ਼ਿਆਦਾ ਹੁੰਦੀ ਆ, ਸੇਕ ਮਾਰਦਾ ਹੁੰਦਾ। ਅਦਰਕ ਚੀਰ ਲਾਣੇ, ਨਾਲ ਚੀਰ ਲੈਣ ਟਮਾਟਰ। ਅਦਰਕ ਮੈਨੂੰ ਬਿਲਕੁਲ ਬਰੀਕ ਕਰਕੇ ਪਾਣਾ ਪਊਜੀ, ਤਾਂ ਪਤਾ ਵੀ ਨਾ ਲੱਗੇ, ਫਿਰ ਬੱਚੇ ਸਬਜ਼ੀ ਖਾਂਦੇ ਨੀ ਹੈਗੇ ਅਦਰਕ ਵਾਲੀ। ਅਦਰਕ ਨੂੰ ਲਸ ਨੀ ਦੱਸਦੇ ਹੁੰਦੇ ਨੇ, ਐ ਕਹਿੰਦੇ ਨੇ ਮੰਮਾ ਇਹਦੇ ਵਿੱਚ ਲਸ ਨੂੰ ਪਾਇਆ। ਚਲੋ ਜੀ, ਆਪਾਂ ਨੇ ਅਦਰਕ ਵੀ ਫਟਾਫਟ ਕੱਟ ਲਿਆ, ਤੇ 1 ਵਜੇ ਸਰਦਾਰ ਜੀ ਆ ਜਾਣਗੇ ਰੋਟੀ ਖਾਣ। ਅਦਰਕ ਦਾ ਅਚਾਰ ਪਾਉਂਗੀ, ਪਹਿਲਾਂ ਪਿਛਲੀ ਵਾਰ ਥੋੜਾ ਜਿਹਾ ਪਾਇਆ ਸੀ, ਸਰਦੀਆਂ ਚ ਵਧੀਆ ਲੱਗਦਾ, ਸਾਗ ਨਾਲ ਵੱਧ ਵਧੀਆ ਲੱਗਦਾ। ਪਿਆਜ਼ ਚੀਰ ਲੈਣੇ, 2 ਹਰੀਆਂ ਮਿਰਚਾਂ ਚੀਰ ਲੈਣੇ ਵਿੱਚ। ਕੋਈ ਵੀ ਕੰਮ ਕਰੀਏ ਆਪਾਂ ਨੂੰ, ਕੰਮ ਕਰਨ ਨੂੰ ਟਾਈਮ ਤਾਂ ਲੱਗਦੀ ਓ ਲੱਗਦਾ। ਦੋ ਪਿਆਜ਼ ਚੀਰ ਲੈਣੇ, ਚੱਲ ਆਪਣੀ ਸਬਜ਼ੀ ਵਧੀਆ ਟੇਸਟ ਜਿਹਾ ਬਦਲ ਜੂ ਸਬਜ਼ੀ ਦਾ, ਟਮਾਟਰ ਤੇ ਹਰੀ ਮਿਰਚ ਨਾਲ, ਅਦਰਕ ਨਾਲ। ਜੇ ਕੁੱਟ ਕੇ ਬਣਾਉਣੀ ਆ ਫਿਰ ਮੈਂ ਕਿਹਾ ਸਬਜ਼ੀ ਆਲੂ ਪਕੌੜਿਆਂ ਨੇ ਕੁੱਟ ਕੇ ਵਧੀਆ ਲੱਗਣਾ ਹੈਗਾ। ਜੇ ਕਾਬਲੀ ਛੋਲੇ ਵਗੈਰਾ, ਕਾਲੇ ਛੋਲੇ ਵਗੈਰਾ, ਉਹਦੀ ਸਬਜ਼ੀ ਦਾ ਮਸਾਲਾ ਕੁੱਟ ਕੇ ਰੈਡੀ ਕਰ ਲਾਣੇ ਆਪਾਂ, ਪਰ ਜਿਹੜਾ ਆਪਾਂ ਇਹ ਸਬਜ਼ੀ ਬਣਾਉਣੀ, ਚੀਜ਼ ਕੀ ਵਧੀਆ ਲੱਗਦੀ ਹੁੰਦੀ ਆ। ਚਾਕੂ ਕਰਵਾਉਣ ਵਾਲੇ ਸਰਦਾਰ ਜੀ ਆ ਤੂੰ ਘਰ ਦੇ, ਜਿਹੜੇ ਮੁੱਲ ਦੇ ਚਾਕੂ ਹੁੰਦੇ ਨੇ ਵਧੀਆ ਨੀ ਹੁੰਦੇ ਹੈਗੇ, ਤਿੱਖੇ ਘੱਟ ਹੁੰਦੇ ਨੇ। ਰਹਿ ਗਿਆ ਆਪਣੇ ਇਕੱਲੇ ਆਲੂ ਕੱਟਣੇ, ਆਲੂ ਮੈਂ ਮੌਕੇ ਤੇ ਕੱਟ ਲੂੰਗੀ। ਪਹਿਲਾਂ ਮੈਂ ਕਿਹਾ ਫਟਾਫਟ ਮਸਾਲਾ ਤਿਆਰ ਕਰ ਲਾਂ। ਸਬਜ਼ੀ ਧਰਨੀ ਕੁੱਕਰ ਦੇ ਵਿੱਚ, ਕਿਉਂਕਿ ਕੁੱਕਰ ਚ ਜਲਦੀ ਬਣਜੂ, ਸੀਟੀਆਂ ਮਰਵਾ ਲਾਂਗੇ ਚਾਰ। ਚਲੋ ਜੀ, ਮਸਾਲਾ ਆਪਾਂ ਕੱਟ ਲਿਆ ਤੇ ਮਸਾਲੇ ਨੂੰ ਆਪਾਂ ਧੋ ਲਿਆ ਨੇ। ਤੇ ਲੋ ਜੀ, ਆਪਾਂ ਨੇ ਕੁੱਕਰ ਦੇ ਵਿੱਚ ਤੇਲ ਧਰ ਦਿੱਤਾ ਸੀ, ਗਰਮ ਹੋ ਗਿਆ ਪੂਰਾ ਤੇਲ। ਤੇ ਹੁਣ ਇਹਦੇ ਵਿੱਚ ਪਾ ਲਾਣੇ ਆਪਾਂ ਕੱਟਿਆ ਹੋਇਆ ਆਪਣਾ ਜੋ ਮਸਾਲਾ ਸੀ, ਮਤਲਬ ਕਿ ਪਿਆਜ਼, ਟਮਾਟਰ, ਅਦਰਕ, ਲਸਣ, ਹਰੀਆਂ ਮਿਰਚਾਂ ਕੱਟੀਆਂ ਹੋਈਆਂ ਸੀ, ਇਹ ਆਪਾਂ ਇਹਦੇ ਵਿੱਚ ਪਾ ਲਾਣੇ ਆ। ਤੇਲ ਬਹੁਤ ਜ਼ਿਆਦਾ ਗਰਮ ਹੋ ਗਿਆ, ਛਿੱਟੇ ਪੈ ਗਏ ਉੱਪਰ ਪਾਉਣ ਲੱਗੇ, ਢੱਕਣਾ ਪਊਗਾ ਪਾ ਕੇ ਫਟਾਫਟ। ਨਹੀਂ ਤਾਂ ਜੋ ਮਤਲਬ ਕਿ ਆਪਾਂ ਜੋ ਮਸਾਲਾ ਪਾਉਂਦੇ ਆ ਨਾ, ਜੇ ਆਪਾਂ ਨਾ ਢੱਕੀਏ, ਸਾਰਾ ਜਿਹੜਾ ਆਪਣਾ ਤੇਲ ਹੁੰਦਾ ਉਹ ਉੱਪਰ ਉੱਡ ਜਾਂਦਾ, ਤੇ ਇੱਧਰ ਬਰਤਨਾ ਸਾਰੇ ਭਾਂਡੇ ਦੇ ਉੱਤੇ ਮਤਲਬ ਕਿ ਜੰਮ ਜੇ ਜਾਂਦਾ, ਇੱਧਰ ਸਮਾਨ ਤੇ ਸਾਰੇ ਤੇ। ਚਲੋ
ਪਾ ਰਹੇ ਹੁਣ ਆਪਾਂ ਥੋੜਾ ਜਿਹਾ ਜੀਰਾ कपड़े पाए हुए ने आपां इन्हां दे पासे चेंज कर देने क्योंकि अज मैंने कपड़े हाथ नाल धोते सी ना जिहदे नाल कपड़े छेती सुकते जाणगे अपने अज मैं मशीन च नहीं सुकाए हैगे कपड़े हाथ नाल ही धोते ने हाथ नाल ही करे सी वाश ते सुका भी इदां ही लिते सी नचोड़ नचोड़ पाए सी तारा ते मैं कि चल इन्हां दे पासे बदल दांगे सारे अपने सुक जाणगे कपड़े मौसम के बदलाव होने करके ना कपड़े जल्दी सुकते नहीं है हूं जो आप हाथ ना धो के पाइए चलो जी आ गया आप रसोई के अपना मसाला भी रेडी हो गया एक ना पहला फोन दे विच अलार्म जा बजया ते मतलब कि उहदे उत्ते एक मैसेज भी आया होया सी भी जो ये अलार्म एमरजेंसी का अलार्म है मैं समझ ही नहीं हैगी संभाल के फिर मैनू डर लगा कि पड़ाका पड़ुका ना पै जाए फोन का डर तो फिर भी हुंदा ही आ है ना ते फिर उहदे करके फिर मैं डर गई थोड़ा जिहा फिर मैंने फटाफट वीडियो बंद करती ते पे 2 मिनट जो अपना मेरा फोन है इनू रेस्ट करन दिती मैं कहते फोन गर्म हो गया भी तो अलार्म बजे यदा तो फिर मैं वीडियो दोबारों स्टार्ट करी आ तो हूँ मैं बाहरों तार तो कपड़िया के पास चेंज करे जो बच्चे आवगे फिर मैं कपड़े तार तो ला के फिर अंदर रख दूँ चल अपने सुक जाएंगे संभार के तो अलार्म वाली की गल करी सी हूँ फिर वो मैसेज आया सी तो मैं वह स्क्रीनशॉट लै लिया कि सरदार जी दिखावी तो मैं डर लग्या पता नहीं किस चीज़ का अलार्म है तो अलार्म भी पूरी मतलब कि जोर जोर ना आवाजा थी स्क्रीनशॉट लै लिया सरदार जी दिखा देंगे भी कादा मैसेज आया सी चलो जी गला गला च अपना मसाला हो गया रेडी देखो तो हूँ पा देने आप स्वाद अनुसार नमक मिर्च हल्दी थोड़ा जहा पा देने आप पानी आलू मैं कट ले सी ढक्कन आप ला देने चलो जी अपना मसाला भी रेडी हो गया जो सब्जी बन जूगी ना ये बाद एक मतलब कि आप जी चीज़ पावे जिद ना सब्जी का अपना स्वाद दुगना हो जूगा तो सब्जी उदो भी ज्यादा टेस्टी बन जूगी तो गर्मी बहुत ज्यादा आ गई है क्योंकि बारे धुप कपड़े ला के आई सी एक जड़े आ बिच की अलार्म बजी जानी ने डर लगता है पता नहीं का अलार्म लगता है किस चीज़ का मैसेज आता है वीडियो बनाने तो बाद फिर देख दे चेक करके देखो किस चीज़ का मैसेज लो जी आप सब्जी पा देने ये कुकर च शाम में फिर तरनी पी सब्जी हम तो चल अपना डंग सब्जी वही है लो जी आपने सब्जी च पानी पा दिता तो हूँ आप लगाने ढक्कन ढक्कन लगा के इन आप मरावे पांच विसला चार मरा दो चाहे पांच मरवा दो ते इन्ना मैं गुंदी एक पासे आटा ते नाले एक पासे लाउनी रोटी ते दुध ला चक के रख दी फ्रिज च चलो जी मैं फटाफट आटा गुन ला सरदार जी सही 1 बजे आ जाएंगे इधर आंदियां ने विसला कुकर नूं ਤਿਆਰੀ ਹੈ ਵਿਚ ਵਜਣ ਵਾਲੀ ਹੋਰ ਵਸ
चलो जी आटा मैंने गुन लिया सी ते हुण मैं लग गई रोटी ते सब्जी अपनी बन गई आ ते सरदार जी आउण वाले ने बस हुण फटाफट रोटी बनाउनी आ मैं ते जो मैं तुहानूं दस्सिया कि सब्जी दे विच इक अजिही चीज पऊ जिहदे नाल अपना सब्जी का टेस्ट बदल जांदा है ते ओह मैं तुहानूं दस्सदी आ हाले सब्जी नूं 5-7 मिंट इदां ही पए रहिण दो क्योंकि ढक्के रखी हुई है मैं कि चल इन्हें मैं रोटी बनानी है जो मैं रोटी बना के उठू उदो पाऊंगी सब्जी च चलो जी इन्हें आप रोटी लगते हैं फिर गल करते हैं। लो जी रोटी आप बना दी है तो सब्जी च पावे आ थोड़े जी मेथे ने सब्जी च पावे जो अपनी सब्जी बनी हुई है ये अपने जो सब्जी का टेस्ट है उन्हें स्वाद वखरा हो जूगा ना थोड़ा जहा मतलब कि ऐदा लगू जिमें धनिया पाया हों। ते लो जी सरदार जी आ गए काम तो हुण मैं सरदार जी नूं फड़ाउनी आ रोटी ते नाले आप खानी आ ते जो बच्चे आ गए बच्चे नूं फड़ाऊंगी। ते चलो जी अज दी वीडियो करदे आपां इत्थे समाप्त मिलदे इक होर वीडियो राज जेकर वीडियो वधिया लगे तो चैनल लाइक सबसक्राइब करना ना भुलना इस तो पहला जे चैनल ते नवे हो तो प्लीज चैनल नूं सबसक्राइब जरूर कर दिओ घंटी वाला बटन जरूर दबा दिओ ता जो तुहानू मेरी सब तो पहला वीडियो देखने को मिले। उम्मीद करती हाँ तुहानू अज दी वीडियो पूरी वधिया लगी होगी तो लैके आवांगे इक कल होर वीडियो तो कमेंट जरूर करिया करो लाइक जरूर करिया करो तो लाइक तो कमेंट नाल साडा हौसला वधदा है। तो चलो जी मिलते कल एक होर वीडियो नाल तद तक लई सारिआं नू सति श्री अकाल बाय बाय।